Hey guys, ਕਿਵੇਂ ਹੋ ਸਾਰੇ ਆਈ ਹੋਪ ਸਾਰੇ ਬਹੁਤ ਵਧੀਆ ਹੋਣਗੇ ਸੋ ਵੈਲਕਮ ਟੂ ਆਵਰ YouTube ਚੈਨਲ ਤੇ ਲੋ ਵੀ ਗਾਇਸ ਸੀ ਵਲੌਗ ਲੈ ਕੇ ਆਏ ਤੁਹਾਡੇ ਲਈ ਅੱਜ ਤੇ ਦੀਵਾਲੀ ਨੂੰ ਕਹਿੰਦੇ ਆ 2 ਦਿਨ ਰਹਿ ਗਏ ਆ ਬਸ ਤੇ ਬਾਅਦ ਜਲਦੀ ਜਲਦੀ ਦੀਵਾਲੀ ਆਵੇ ਤੇ ਅੱਜ ਕੀ ਹੈਗਾ ਵਾ ਤੰਤਾਰਸ ਦਿਨ ਤਾਰਸ ਸ਼ੁਰੂ ਕਰਦੇ ਆ ਤੇ ਉਹਨਾਂ ਦੀ ਸਭ ਪੂਜਾ ਕਰਨੀ ਹੈਗੀ ਆ ਤੇ ਬਾਹਰ ਸਮਾਨ ਵਗੈਰਾ ਲੈਣ ਚੱਲੇ ਆ ਤੇ ਖੁਸ਼ਬੂ ਲਈ ਵੀ ਪਤਾ ਹੀ ਆ ਵੀ ਦਿਨ ਤਾਰਸ ਤੇ ਝਾੜੂ ਦੀ ਜਿਹਨੂੰ ਕੀ ਕਹਿੰਦੇ ਆ ਲక్ష్మీ ਮਾਤਾ ਦਾ ਸਤੂਪ ਹੁੰਦਾ ਵਾ ਉਹਦੀ ਪੂਜਾ ਕੀਤੀ ਜਾਂਦੀ ਤੇ ਅੱਜ ਇਹਨਾਂ ਦਾ Not final guys, final कुछ नहीं गल डिसाइड कर लिया की करना आज दसो जी वैसे मैं अपना नोक नक बनाना है ते देखूंगी बट मेरा फाइनल नहीं है गल कुछ नहीं फाइनली है समझो तुसी मैं फाइनली समझ तो होना वा बाकी तुसी देखना वा कि दर्द किन्नी होंदी है इनना दे मेरा कुछ फाइनल आज इन्होंने हाथ भी सड़वा लिया अपना हाथ सड़ गया जिन्ना दा आ देखो साडा नया मेहमान आया अज हेलो कर दो हेलो कर दो कर दो मैं कर दो हैं ओए माऊ कर दे माऊ माऊ कर दे माऊ कर दे ते लो भी ते बाकी तुहानू दिखाने आ अज हरमन नू गिफ्ट भी मिलिया वा दादे गिफ्ट दे के गई अज असी खोल के देखे नहीं असी यही सोचा कि तुहानू ब्लॉग दे विच ही दिखावांगे सीधा खोल के ब्लॉग दे विच ही ओदी ओपनिंग करांगे तो मैं ब्लॉग च ओदी ओपनिंग करांगी मम्मी लेके बाहर ਹੋਰ ਵੀ ਜੇ ਤੁਹਾਨੂੰ ਕਿਸੇ ਨੂੰ ਵੀ ਚਾਹੀਦੀ ਆ ਤਾਂ ਸਾਨੂੰ ਪਲੀਜ਼ ਕਮੈਂਟ ਚ ਦੱਸ ਦਿਓ ਵੀ ਸਾਨੂੰ ਕੈਟ ਚਾਹੀਦੀ ਆ ਕੁਝ ਵੀ ਇਹ ਸੇਲ ਕਰਨੀ ਆ ਵਾ 7 ਕੈਟਸ ਆ ਟੋਟਲ ਤੇ ਤੁਸੀਂ ਸਾਨੂੰ ਦੱਸ ਦਿਓ ਕਿਹੜੀ ਮਤਲਬ ਤੁਹਾਨੂੰ ਜਿੱਦਾਂ ਵੀ ਚਾਹੀਏ ਆਪਾਂ ਪਿਕਸ ਵੀ ਪਾ ਦਾਂਗੇ ਇੰਸਟਾਗ੍ਰam ਤੇ ਸਟੋਰੀ ਪਾਵਾਂਗੇ ਇਹਨਾਂ ਦੀ ਪਿਕਸ ਪਾਵਾਂਗੇ ਜਿੰਨੀਆਂ ਵੀ ਹੈਗੀਆਂ ਇਹ 7 ਕੈਟ ਹੈਗੀਆਂ ਵਾ ਤੇ ਅਸੀਂ ਸੇਲ ਕਰਨੀਆਂ ਆ ਉਸ ਤੋਂ ਬਾਅਦ ਸਾਨੂੰ ਮੈਸੇਜ ਕਰ ਦਿਓ ਪਹਿਲਾਂ ਕਮੈਂਟ ਚ ਫਿਰ ਆਪਾਂ ਜਦੋਂ ਇੰਸਟਾਗ੍ਰam ਤੇ ਸਟੋਰੀ ਪਾਵਾਂਗੇ ਫਿਰ ਕੰਟੈਂਟ ਨੰਬਰ ਦਵਾਂਗੇ ਨਾਲ ਉੱਤੇ ਫੋਨ ਕਰਕੇ ਤੁਸੀਂ ਆਪਣਾ ਦੱਸ ਦਿਓ ਵੀ ਤੁਹਾਨੂੰ ਕਿਹੜੀ ਕੈਟ ਕਿੱਦਾਂ ਕਿਹੜੇ ਟਰਸਟ ਜਾਂਦੇ ਤੇ ਤੁਸੀਂ ਆ ਕੇ ਲੈ ਕੇ ਕਿੱਦਾਂ ਜਾਂਦੇ ਤੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਦੇਖਦੇ ਆ ਅੱਗੇ ਅੱਗੇ ਹੁਣ ਬਾਜ਼ਾਰ ਚੱਲਦੇ ਆ ਪੂਰਾ ਰੌਣਕ ਮੇਲਾ ਲੱਗਾ ਹੋਇਆ ਵਾ ਤੁਹਾਨੂੰ ਨਾਲ ਦਿਖਾਣੇ ਆ ਜਾਓ ਜੀ ਤੇ ਗਾਇਸ ਲੋ ਵੀ ਅਸੀਂ ਦਾਦੀ ਵਾਲਾ ਗਿਫਟ ਓਪਨ ਕਰਨ ਲੱਗੇ ਆ ਸਾਡਾ ਦੀਵਾਲੀ ਦਾ ਫਸਟ ਗਿਫਟ ਸਾਡੇ ਦੀਵਾਲੀ ਦਾ ਫਸਟ ਗਿਫਟ ਤੁਸੀਂ ਵੀ ਜਲਦੀ ਜਲਦੀ ਤੁਹਾਨੂੰ ਗਿਫਟ ਭੇਜੋ ਅਸੀਂ ਵੀ ਤੁਹਾਡੇ ਗਿਫਟ ਖੋਲਾਂਗੇ ਤੁਹਾਡੇ ਨਾਮ ਦੇ ਨਾਲ ਲੋ ਜੀ ਦਾਦੀ ਜੀ ਦਾਦੀ ਦੀ ਦਾਦੀ ਦੀ ਰੈਟਿੰਗ ਦੇਖੋ ਦਾਦੀ ਸਾਡੀ ਮੈਡਮ ਆ बच्चे पढ़ाते हैं हैप्पी बर्थडे का टैग है हैप्पी बर्थडे का टैग हैप्पी बर्थडे टैग लग गया हैप्पी बर्थडे दादी जी चलो खोलो तो करी जाइए ओपनिंग ओके चलो दादी कहंदी तुसी खोल के देखियो बहुत सोहना गिफ्ट होगा स्पेशल हरमन लई ਹੈ ਜਿਹੜਾ ਦਾਦੀ ਨੇ ਪਿਛਲੇ ਸਾਲ ਗਿਫਟ ਦਿੱਤਾ ਸੀ ਨਾ ਉਹ ਵੀ ਬੜਾ ਕੈਂਟ ਹੋ ਗਿਆ ਮੈਂ ਤੁਹਾਨੂੰ ਬਲੌਗ 'ਚ ਦਿਖਾਉਂਗੀ ਉਹਦੇ ਨਾਲ ਵੀ ਆਪਾਂ ਲੈ ਕੇ ਆਣਾ ਹੁਣੇ ਉਹਦੇ ਨਾਲ ਤਾਂ ਲੈ ਕੇ ਕਿਉਂ ਆਣਾ ਸਾਡੇ ਕੋਲ ਪਿਆ ਆ ਵਾ ਨਹੀਂ ਉਹਦਾ ਜਿਹੜਾ ਬਲਬ ਹੈ ਨਾ ਉਹ ਲੈ ਕੇ ਆਣਾ ਸੀ ਅੱਛਾ ਉਹ ਬਲਬ ਜਿਹੜਾ ਲੱਗਾ ਤੇ ਖੁੱਲ ਜਾਊਗਾ ਅੱਜ ਖੁੱਲ ਜਾਊਗਾ ਜੀ ਖੁੱਲ ਜਾਊਗਾ ਟੇਪ ਲਾ ਦੇ ਲੱਗੇ ਨਾ ਕੀ ਬਾਤ ਹੈ ਪਿਕਚਰ ਫਰੇਮ ਆਫ ਲੈਂਪ ਮਿਰਰ ਅੱਛਾ ਜੀ ਤਾਂ ਹੀ ਦਾਦੀ ਕਹਿੰਦੀ ਸੀ ਲਾਈਟ ਚੱਲੂਗੀ चलो करो ओपन जो तुसी मेनू एनिवर्सरी ਦਿੱਤਾ ਸੀ ਸੇਮ ਅੱਛਾ ਇਹ ਲੱਗ ਤਰੀਕੇ ਦਾ ਵਾ ਆਪਾਂ ਇੱਥੇ ਆਪਣੀ ਫੋਟੋ ਲਵਾ ਸਕਦੇ ਪਤਾ ਪੜੀਏ ਸੀ ਬਹੁਤ ਸੋਹਣਾ ਆ ਪਰ ਮੈਨੂੰ ਪਤਾ ਨਹੀਂ ਤੈਨੂੰ ਪਸੰਦ ਆਊਗਾ ਕਿ ਨਹੀਂ ਜੇ ਤੈਨੂੰ ਨਹੀਂ ਪਸੰਦ ਆਇਆ ਤਾਂ ਤੂੰ ਚੇਂਜ ਕਰਾ ਸਕਦੀ ਹੈ ਇਹਦੇ ਦੋਨੋਂ ਸਾਈਡ ਤੇ ਸਾਡੀ ਫੋਟੋ ਰੱਖਣੀ ਬਹੁਤ ਅੱਛਾ ਆ ਬਹੁਤ ਜ਼ਿਆਦਾ ਹੀ ਸੋਹਣਾ ਹੈ ਇੱਧਰ ਪਕੜੋ ਇੱਧਰ ਦੇਖੋ फोटो भी कढ़वाने अपनी फोटो लगा हाँ हुणी जाने ते जाना तो है ही है
ਇੰਨੇ ਸਾਈਜ਼ ਦੀ ਨਾ ਫੋਟੋ ਕਢਵਾ ਲੈਣੇ ਆ ਕੈਮਰੇ ਵਾਲੇ ਤੋਂ ਤੇ ਉਹਨੂੰ ਕਹਿੰਦਾ ਕਿ ਫਿੱਟ ਕਰ ਦੇ ਨਹੀਂ ਉਹਦੇ ਕੋਈ ਲਵਾ ਲਾਂਗੇ ਆਪਾਂ ਲਾ ਦਿੰਦੇ ਹੁੰਦੇ ਹਾਂ ਹਾਂ ਚਲੋ ਉੱਤੋਂ ਲਗਵਾ ਲਾਂਗੇ ਚਲੋ ਬਹੁਤ ਸੋਹਣਾ ਹੈ ਥੈਂਕ ਯੂ ਦਾਦੀ ਜੀ ਥੈਂਕ ਯੂ ਸੋ ਮੱਚ ਬਹੁਤ ਸੋਹਣਾ ਗਿਫਟ ਹੈ ਨਾ ਮੈਨੂੰ ਬੜਾ ਪਸੰਦ ਆਇਆ ਬਹੁਤ ਅੱਛਾ ਹੈ पैक तो करना पर चलो देख जाने ठीक है सब पटाके फोड़ रहे हो पैक थोड़ा ना कर रहे ऐदा फोड़ना पैक क्यों किया हले मैं पैक कर देने गंदा हो जाता ओके कितना लगे गिफ्ट भाई गिफ्ट किया हल तक लगाया चल रही है बाकी हुण गौतम आ रहे वा ते आपां चलदे आ शॉपिंग करन ठीक है बार वगैरह सारा कुछ लैन चलते हैं लो भी कहते सूट लैन चले हैं नाले मार्केट का रौनक मेला देख लीए दिवाली का रौनक मेला वही मार्केट का रौनक तो बहुत लगती है रौनक तो बड़ी ना चांदे जाऊंगे तो ओके हो गई पूरी भाई हैं चांदे जाऊंगे तो पूरी ओके हो गई पूरा ट्रैफिक पूरा ट्रैफिक ट्रैफिक नहीं होना चाहिए ना अब्बा केड़ी रूट ते निकले दोनों जाने हैं तीनों जाने हां जी हमें तो दस्या सी गग्गू आ रहा गग्गू का वेट करते पे सी अब्बा मम्मी का पता नहीं मम्मी कितने गए हैं खत्म हो गए लोग भी सूट पसंद कर लिया हूँ आप घर में जा रहे हैं हाँ जी गाइस तो असं थोड़े लिए नवी कलैक्शन लेके आ गए हुए थे जिमें तुम्हें पहला दस्या हुआ भी असं सूटा का काम शुरू करना वा असं थोड़े लिए लेके आए हैं सर्दियों की कलैक्शन जिमें कि सर्दियों के रेगुलर वेयर वाले ट्रैक सूट तो कैजुअल वेयर वाले मैं तुम्हें पिक्स दिखा दिनी हाँ तो मैं तुम्हें आई डी भी दे दाँगी तुम आई डी जिन्होंने जो चाहिए हो सू उस आई डी उपर मैसेज कर दियो पहली पिक्स दिखा 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 तुसी पिक्स तो देख लो आ देखो जिद्दां गे ट्रैक सूट है ना बाकी रेट वगैरह तुहानू मैं उच्ची दस दांगा सारा कुछ जिद्दां देखो आ ट्रैक सूट है वा नाइट वेयर लई सी ओ ट्रैक सूट बहुत वधिया सी जिद्दां इह कपल दी हो जांदा है ना माड़ा मोटा हां देखो ब्राइटनेस करके देख नहीं रहे माड़ा जी खड़ जाओ मैं सही करता हूं ब्राइटनेस घटाओ माड़ी जी हाँ जी हूँ ठीक लग रहा हाँ आ गया कोट सैट हो गया एयर च काफ़ी सारे कलर्स ने एक कपल वास्ते ट्रैक सूट हो गया बहुत बहुत वधिया वा कपल्स बाकी तुसी सानू कमेंट करके दस दियो तो इंस्टाग्राम की आई डी तुम्हें हमें दिखा दें फोन उत्ते आई डी मैसेज करियो लो भी गाइस आ देखो आ आई डी हैगी मिस्टर एंड मिसिज शर्मा 569 तो आ वाली आई डी तो मैं मैसेज कर दियो जिन्होंने ट्रैक सूट लेने हैं तो आप रिप्लाई कर देंगे जिन्होंने लेने उ मैसेज कर प्लीज़ है ना मैं तो बहुत ज़्यादा मैसेज आ जाते हैं तो बाकी क्वालिटी कैंट होगी सारा कुछ वधिया होगा पार्सल आप कर देंगे तो जरूर करियो आई डी तो मैसेज ओके हाँ जी तो गाइस हम आप चले पूजा करन चलिए फिर
पूजा करन चले हैं कादी चीज़ दी। लोग भी पूजा करन लगे हैं। लो भी गाइस तू बत्ती पका ली सी ते मत्था भी टेक लिया सीगा ते बाकी भी आ गया वा। हाँ फिर देखा है टेक लिया मत्था उधर साढ़े पटाखे पे आ इधर दीपे चल रहे पे आ। हाँ जी मड़ा आएंगे करें टेक लिया मत्था बिजी चल रहे हैं। आ रहे घरे आ रहे हाँ फिर तू धूप इन्नी बड़ी चलाती तुआ तू ऐप है घरे है गाइस इन्होंने तो इन्हें धूप एड्डी बड़ी चलाती है ते हाँ जी ठीक हो टेक लिया मत्था ओके है जय माता दी। तो गाइस दस्यो जरूर ट्रैक सूट का आप स्पैशल मतलब कि स्पैशल नहीं है यही मतलब कि अस शुरू कर रहे सू नॉलेज नहीं हैगी बाकी तुहानू कपड़ा बहुत वधिया लगेगा हरमन दे आपां ट्राई भी करके तुहानू दिखावांगे तुसीं मैसेज कर दिओ वाली आई डी ते इंस्टाग्राम दी साडी पुरानी आई डी आ उत्ते तुहाडा मैसेज देख लांगे आपां। आईडी दस दित्ती होई आ मिस्टर एंड मिसेस शर्मा 569 उत्ते मैसेज कर दिओ तुसीं किस तरह मैसेज चक लांगे। बाकी मंदिर दे विच देखो धूप दा थोड़ा जिहा तुम्हें तुम आया मम्मा लैके आया साइड ते रखे हुए देखो चलिए आप पटाके चला थोड़े जे पटाके चला चलिए हैं थोड़े जे चलाने फिर आ जाओ। लो भी गाइस आप हम चले पटाके चला थोड़े जे मैं पटाके चलाया ही है टिका देखो ते गोल लगा मेरे थोड़े लंबे का चलिए आप मेरे नहीं मेरे टिक्का सही लग रहा दसो कमेंट करके तुसी ते हम पटाके चला चलो लाने लड़िया भी लाने अंदर आप ठीक है कल भी लड़िया बाहर लगानी बड़िया वाली चलो। हाँ जी लो जी कहते मच्छर देखियो कि आगे मच्छर भी चली जाते मच्छर ज्यादा आई गाइस लो जी मच्छर भी नाल नाल आई जाते हैं दिल बनाओ गोला बनाता दिल तो बनाया नहीं चलो जी चलो लो भी गाइस सिटी वाली छुट्टी चला लगे आप देख रहे हैं फर्स्ट टाइम कि जल्दी है नहीं कुछ अंदाज चलो भाभी जी मैं आ गई जल्दी फट गई फस गई नहीं प्रेशर नहीं है दोबारा करो दोबारा दोबारा ट्राई दोबारा ट्राई इस बार देख सकते हो पा जाइयो खेती लो जी भाभी दोबारा ट्राई करन लगी है दो तो अजे तो खराब चली गई नहीं ये भी नहीं ये भी कामयाब ये भी कामयाब नहीं है मेरे हाथ मैं भाभी फड़ा भाई बुलट बम लान लगे चल पिया भाभी काम से पटाखी है सारे अपने पुराने वाले सही है यार नवे लफाफे च एक्स्ट्रा पटाखे ये सही नहीं है अपने वाले सही है भाभी तो हो जी
ਬੰਬ ਦੀ ਗੋਲੀ ਅੱਜ ਤਾਂ ਬੰਦ ਕਰ ਦੇ ਬੰਦ ਕਰ ਗੰਗੂ ਕਹਿੰਦਾ ਮੈਂ ਆਪਣੀ ਆਦੀ ਚਲਾਉਂਗਾ ਮੇਰੀ ਆਦੀ ਕਹਿੰਦਾ ਸੋਹਣੀ ਚੱਲਦੀ ਆ ਅਸੀਂ ਇੱਕ ਪਹਿਲਾਂ ਚਲਾਈ ਸੀ ਸਹੀ ਚੱਲੀ ਸੀ ਗਾਈਸ ਦੁਬਾਰਾ ਟਰਾਈ ਕਰ ਰਹੇ ਹਾਂ ਇੱਥੇ ਰਹਿ ਗਈ ਗੰਗੂ ਤੇਰੀ ਵੀ हवा नहीं सही चलती छुटली कहती गई आ गई ओ गई लो जी गाइस एक उड़ गई अपनी चलो बस 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 हूं बस ਉਨੇ ਕੋਰੜਾ ਨੇ ਚਲੋ ਲੋ ਜੀ ਕਹਿੰਦੇ ਹੁਣ ਤਾਰਾ ਚੱਲਣੀਆਂ ਤਾਰਾ ਤਾਰਾ ਹੀ ਪੈਨਸਲਾ ਚੱਲ ਸੁਰਲੀ ਨੇ ਸਾਡੀ ਬੇਇੱਜ਼ਤੀ ਕਰਾਤੀ ਆ ਲਾ ਦੇਣਗੇ ਆਮ ਇਕੱਠੇ ਚ ਵਾਲਾ ਇਹ ਆਦਰ ਦੇਣ ਲਈ ਚੁਣਾਉਣ ਲਈ ਐਕਸਟਰਾ ਪੜਕਾ ਲੈਂਦੇ ਸੀ ਕਾਫੀ ਪਰ ਚੱਲੇ ਕੋਈ ਨਹੀਂ ਲੈ ਲੋ ਹਵਾ ਚੱਲ ਰਹੀ ਚੱਲ ਪੈ ਅੱਜ ਚੱਲ ਪੂਗੇ ਨਾ ਦੇਖੋ ਚੱਲਦੇ ਕਿ ਨਹੀਂ ਵੈਸੇ ਨਾ ਲਾਈਟਰ ਦੇ ਨਾਲ ਇਹ ਦੋਨੋਂ ਚਲਾਣੀਆਂ ਥੋੜੀਆਂ ਔਖੀਆਂ ਹਨਾ ਇੱਕ ਚੱਲ ਪਏ ਦੋਨੋਂ ਬਾਕੀ ਚੱਲ ਪਣੀਆਂ ਹਾਂ ਬਸ ਇੱਕ ਚੱਲ ਪਵੇ ਕੋਈ ਟੈਨਸ਼ਨ ਨਹੀਂ ਚੱਲ ਪਈ ਉੱਧਰ ਪਟਾਕੇ ਤੇ ਆਣਾ ਫੜ ਫੜ ਦੋ ਫੜ ਇਹ ਭਾਜੀ ਕੋਸ਼ਿਸ਼ ਕਰ ਰਹੇ ਹੁਣ चल पे चल पे चल पे चल पे चल पे आ जाओ इधर मेरे पास आओ डर भी लगता माड़ा माड़ा भाभी वाल गोली की मूह गई लालो दिखाई लाल हो गया लाल हो गया ना नहीं होया इन्ने के बचे अज नवे लियांदे सी चलाण वास्ते थोड़े जे लफाफे च जिहड़े दूजे पटाके अपने को पए होए रखे सी पैक करके इह वाले थोड़े थोड़े फुस निकले वापस करके आऊंगा कल मैं ਵੀ ਗਾਈਸ ਪਟਾਕੇ ਚਲਾ ਕੇ ਆ ਗਏ ਸੀ ਆਪਾਂ ਤੇ ਸਾਨੂੰ ਆਪਣੀ ਅਸਤਵਾਜੀ ਤੇ ਹੈਰਾਨੀ ਹੋ ਰਹੀ ਆ ਮੈਂ ਪਟਾਕੇ ਵੀਡੀਓ ਬਣਾ ਲਈ ਆ ਮੁੰਡੇ ਨੂੰ ਭੇਜ ਦੇਣੀ ਆ ਉਹਨੂੰ ਕਹਿੰਦਾ ਵਾਪਸ ਕਰ ਦੇ ਭਰਾਵਾ ਮੇਰੇ ਬਿਲਕੁਲ ਨਹੀਂ ਚੱਲੀਆਂ ਦੋ ਚਾਰ ਡੱਬੇ ਲੈ ਕੇ ਆਇਆ ਸੀਗਾ ਇੱਕ ਲਫਾਫੇ 'ਚ ਹੀ ਅਤੇ ਬਾਕੀ ਦੀਵਾਲੀ ਵਾਲੇ ਪਟਾਕੇ ਲੱਗਦਾ ਘੈਂਟ ਹੋਊਗੇ ਹੈ ਨਾ ਅਤੇ ਵਲੋਗ ਤੁਸੀਂ ਦੱਸੋ ਮੈਨੂੰ ਦੀਵਾਲੀ 'ਤੇ ਕਿਵੇਂ ਦਾ ਬਣਾਈਏ ਵੱਡਾ ਬਣਾਈਏ ਕਿ ਛੋਟਾ ਬਣਾਈਏ ਹੈ ਨਾ ਤੁਸੀਂ ਮੈਨੂੰ ਇਹ ਦੱਸਣਾ ਵਾ ਕਿਉਂਕਿ ਅਸੀਂ ਨਾ ਵਲੋਗ ਉਸ ਹਿਸਾਬ ਨਾਲ ਬਣਾਈਦਾ ਕਿ ਜਿਸ ਹਿਸਾਬ ਨਾਲ ਤੁਸੀਂ ਦੇਖ ਸਕੋ ਅਤੇ ਦੀਵਾਲੀ ਦੇ ਵਲੋਗ ਤੁਸੀਂ ਦੱਸ ਦਿਓ ਅਸੀਂ ਕਿੰਨੇ ਕਾ ਵੱਡਾ ਬਣਾਈਏ ਕਿ ਜੇ ਤੁਸੀਂ ਪਸੰਦ ਕਰੋ ਤੁਹਾਨੂੰ ਦੇਖਣਾ ਹੈ ਨਾ ਪਤਾ ਕਿਉਂ ਨਹੀਂ ਅਸੀਂ ਵੱਡਾ ਬਹੁਤ ਜ਼ਿਆਦਾ ਵਲੋਗ ਹੁੰਦਾ ਫਿਰ ਤੁਸੀਂ ਬੋਰ ਹੋ ਜਾਣਾ ਤੁਸੀਂ ਸਕਿਪ ਕਰੀ ਜਾਣਾ ਨਹੀਂ ਪਾ ਬੋਰ ਹੋਣ ਨਹੀਂ ਦੇਣਾ ਆਪਾਂ ਖਾਪੀ ਬੜੀ ਪਾਣੀ ਆ ਜਿੱਦਾਂ ਕੋਠੇ ਦੇ ਕਿੰਨੀ ਖਾਪਾਈ ਆਪਾਂ ਪਹਿਲਾਂ ਸਿਮਰਾ ਪੈਰ ਵੀ ਜਲਾਤਾ ਇਹਨਾਂ ਦਾ ਪੈਰ ਵੀ ਜਲ ਗਿਆ ਮੈਂ ਕਰੀਮ ਲਾਉਣਾ ਵਾ ਇਹਨਾਂ ਨੂੰ ਨਾ ਦੀਵਾਲੀ ਵਾਲੇ ਦਿਨ ਬੂਟ ਪਵਾ ਕੇ ਮੈਂ ਆਪਣੇ ਸੂਟ ਦੀ ਗੱਟਮ ਨਹੀਂ ਖਰਾਬ ਕਰਨੀ ਫਿਰ ਪੈਰ ਨਹੀਂ ਛੱਡ ਗਏ ਅੱਛਾ ਤੁਸੀਂ ਜੁੱਤੀ ਪਾਈ ਹੋਣੀ ਆ ਪੰਜਾਬੀ ਜੁੱਤੀ ਹਾਂ ਅਤੇ ਬਾਕੀ ਹੁਣ ਅਸੀਂ ਰੋਟੀ ਰੁਟੀ ਖਾਣ ਲੱਗੇ ਸੀਗੇ ਅਤੇ ਬਾਕੀ ਹੋਰ ਕਾਫੀ ਦਿਨਾਂ ਤੋਂ ਦੋ ਤਿੰਨ ਦਿਨ ਤੋਂ ਰੈਗੂਲਰ ਵਲੌਗ ਨਹੀਂ ਆ ਰਹੇ ਸਾਡੇ ਤਾਂ ਕਰਕੇ ਮੈਂ ਕਿਹਾ ਰੁਕ ਜਾਂਦੇ ਹਾਂ ਰੈਸਟ ਲੈ ਲੈਂਦੇ ਹਾਂ ਅਸੀਂ ਵੀ ਸਾਡਾ ਰੈਗੂਲਰ ਵਲੌਗ ਹੈ ਤੁਸੀਂ ਕਹਿਣਾ ਨਹੀਂ ਹੈਗਾ ਕਿ ਸਾਡੇ ਵਲੌਗ ਰੈਗੂਲਰ ਨਹੀਂ ਹੈਗੇ ਬਸ ਦੋ ਦਿਨ ਨਹੀਂ ਆਏ ਹਨਾ ਤੁਸੀਂ ਇਹ ਨਹੀਂ ਕਹਿਣਾ ਕਿ ਰੈਗੂਲਰ ਬਾਕੀ ਸਾਰੇ ਜਣੇ ਆਈਡੀ ਤੇ ਮੈਸੇਜ ਕਰਕੇ ਦੱਸਿਓ ਅਤੇ ਕੱਲ ਹੁਣ ਜਿੱਦਾਂ ਮੈਂ ਕੱਪੜੇ ਲੈਣ ਜਾਣੇ ਆ ਕੱਲ ਅਸੀਂ ਸ਼ਾਇਦ ਹੀ ਵਲੌਗ ਬਣਾ ਸਕੀਏ ਬਾਕੀ ਦੀਵਾਲੀ ਦਾ ਵਲੌਗ ਆਊਗਾ ਕੱਲ ਸੁਣਨਾ ਪਰਸੋਂ ਆ ਦੀਵਾਲੀ ਅਤੇ ਠੀਕ ਆ ਹੁਣ ਅਸੀਂ ਸ਼ਾਇਦ ਹੀ ਦੀਵਾਲੀ ਦਾ ਵਲੌਗ ਹੀ ਪਾਈਏ ਅਤੇ ਬਾਕੀ ਉਸ ਤੋਂ ਬਾਅਦ ਸਾਰੇ ਜਣੇ ਕਮੈਂਟ ਕਰ ਰਹੇ ਤੁਸੀਂ ਮੇਕਅਪ ਕਰੋ ਹਰਮਨ 'ਤੇ ਅਤੇ ਉਹ ਮੇਕਅਪ ਵਾਲਾ ਵਲੌਗ ਮੈਂ ਲੈ ਕੇ ਆਊਂਗਾ ਠੀਕ ਆ ਦੀਵਾਲੀ ਤੋਂ ਬਾਅਦ ਕਮੈਂਟ ਕਰੋ ਕਿ ਮੈਂ ਰਿਤਿਕ ਦੀ ਕਟਿੰਗ ਕਰਾਂ ਘਰੇ ਪਲੀਜ਼ ਕਮੈਂਟ ਕਰਕੇ ਦੱਸਿਓ
वाल नहीं खराब करने मेरे वाल पता किने सही है चलो कमेंट करके दसियो ठीक है बाकी रोटी खा के फिर दोबारा गल्ला करदे तुहाडे नाल आने नींद आ रही है हैं नींद आ रही है नींद आ रही कहता है अरमन ये तो बीमार आखो सट लग गए थाते ड्रिप टीका लगा है आ वाला ज़्यादा सोना ना पानी मतलब अच्छा हाँ तो लो जी वो तो सोने ना पसंद है तुम गुगू अगू ये बिल्कुल सॉफ्ट आ ना वड्डदे ना कुछ करते पोटी भी नहीं करते अपनी जगह तो करते पोटी ओए नींद आई है मैनू कहिंदा नींद आई है नींद आई ना ये टुन्नू आ टुन्नी आ तुहानू टुन्नी दिखाना मैं टुन्नू देख लिया तुसीं ना मैं तुहानू टुन्नी दिखा के आना ओए आ वाला आ ये टुन्नी आ देखो ये टुन्नी है ए टुनी टुनी रोटी खान चली जा तू खान तो ये ऊपर बैठा है इदा महाराजा मंगू महाराजा बैठा है हैं राजा साहब ओ राजा साहब ते लो भी गाइस मिलते हैं तुहानू आपां नैक्सट ब्लॉग दे विच ते ब्लॉग किवें दा लग्गा कमेंट करके जरूर दसिओ हुण आपां लगे हैं सौण ये भी बेचारा सोन लगा वा कह दे सोन लगा मैं कह दे हैं बाकी मिलते आप नैक्सट ब्लॉग के दिवाली वाला ब्लॉग होगा बिल्कुल कैंट बाय बाय।